ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤਾਂ ਆਪ ਹੀ ਰੱਦ ਕਰਤੀ ਵਿਧਾਨ ਸਭਾ ਨੇ। ਸੁਖਪਾਲ ਸਿੰਘ ਖਹਿਰਾ ਪਹਿਲਾਂ ਆਪਦੀ ਪਾਰਟੀ ਤੋਂ ਠੀਕ ਕਰ ਲਈ। ਜਿੱਥੋਂ ਤੱਕ ਮੁੱਖ ਮੰਤਰੀ ਦੀ ਗੱਲ ਆ ਜਾਂ ਡਿਪਟੀ ਸੀ ਐਮ ਦੀ, ਕਿਤੇ ਵੀ ਰਣਜੀਤ ਸਿੰਘ ਦੀ ਰਿਪੋਰਟ ਨੇ ਉਹਨਾਂ ਨੂੰ ਦੋਸ਼ੀ ਨਹੀਂ ਪਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਹੁਣ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਚੁੱਕੀ ਹੈ ਅਤੇ ਉਸਦੇ ਉੱਤੇ ਹੁਣ ਸੀ ਬੀ ਆਈ ਨੂੰ ਜਿਹੜਾ ਕੇਸ ਦਿੱਤਾ ਗਿਆ ਸੀ ਉਹ ਵਾਪਸ ਲੈ ਲਿਆ ਗਿਆ ਸਰਕਾਰ ਵੱਲੋਂ। ਇਸੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਲੱਗੇ ਅਕਾਲੀ ਦਲ ਦੇ ਸੀਨੀਅਰ ਲੀਡਰ ਤੋਤਾ ਸਿੰਘ ਜੀ। ਤੋਤਾ ਸਿੰਘ ਨਾਲ ਗੱਲ ਕਰਦੇ ਹਾਂ। ਤੋਤਾ ਸਿੰਘ ਜੀ, ਪਹਿਲਾਂ ਤਾਂ ਤੁਹਾਡਾ ਦੈਨਿਕ ਸਵੇਰੇ ਤੇ ਸਵਾਗਤ ਹੈ, ਤੁਹਾਡੇ ਚੈਨਲ ਦਾ ਮੈਂ ਸਵਾਗਤ ਕਰਦਾ। ਤੋਤਾ ਸਿੰਘ ਜੀ, ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੀ ਵਿਧਾਨ ਸਭਾ ਦੀ ਕਾਰਵਾਈ ਰਹੀ, ਤੁਹਾਡੀ ਪਾਰਟੀ ਵੱਲੋਂ ਜਿਸ ਤਰੀਕੇ ਨਾਲ ਪੱਖ ਰੱਖਿਆ ਗਿਆ, ਹਾਲਾਂਕਿ ਬਹਿਸ ਤੋਂ ਤਾਂ ਅਕਾਲੀ ਦਲ ਹਿੱਸਾ ਨਹੀਂ ਲਿੱਤਾ ਉਹਦੇ 'ਚ, ਕਿ ਤਾਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜਿਹੜਾ ਤੁਹਾਡਾ ਸਵਾਲ ਸੀ ਜਸਟਿਸ ਰਣਜੀਤ ਸਿੰਘ ਦੀ, ਵੀ ਉਹ ਸੀ ਬੀ ਆਈ ਤੋਂ ਵਾਪਸ ਲੈ ਲਈ ਇਹਨਾਂ ਨੇ, ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਜਸਟਿਸ ਰਣਜੀਤ ਸਿੰਘ ਆ ਉਹਦੀ ਮੈਂ ਰਿਪੋਰਟ ਪੜ੍ਹੀ ਆ, ਉਹਦੇ ਲਿਖਿਆ ਅਖੀਰ 'ਤੇ ਜਾ ਕੇ ਉਹਨੇ ਵੀ ਇਹਦੀ ਸਾਰੀ ਪੜਤਾਲ ਸੀ ਬੀ ਆਈ ਤੋਂ ਕਰਾਈ ਜਾਵੇ। ਉਹਨੇ ਆਪ ਕਿਹਾ ਸੀ ਬੀ ਆਈ ਤੋਂ ਕਰਾਈ ਜਾਵੇ ਅਤੇ ਵਿਧਾਨ ਸਭਾ ਨੇ ਆਪ ਹੀ ਕਹਿਤਾ ਵੀ ਅਸੀਂ ਹੁਣ ਮੰਨਦੇ ਨੀਗੇ। ਇਹਨਾਂ ਨੇ ਉਹਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤਾਂ ਆਪ ਹੀ ਰੱਦ ਕਰਤੀ ਵਿਧਾਨ ਸਭਾ ਨੇ, ਜਦੋਂ ਉਹਦੀ ਸੀ ਬੀ ਆਈ ਦੀ ਇਨਕੁਆਇਰੀ ਨਹੀਂ ਮੰਨੀ ਗਈ, ਵਾਪਸ ਪੰਜਾਬ ਸਰਕਾਰ ਲੈ ਰਹੀ ਆ ਅਤੇ ਆਟੋਮੈਟਿਕ ਸਮਝ ਉਹ ਰੱਦ ਹੋ ਗਈ। ਮਤਲਬ ਰਿਪੋਰਟ ਤੁਹਾਨੂੰ ਲੱਗਦਾ ਨਹੀਂ ਕਿ ਉਹ ਹੀ ਰਿਪੋਰਟ ਮੰਨੀ ਗਈ? ਵਿਧਾਨ ਸਭਾ ਨੇ ਆਪ ਰੱਦ ਕਰਤੀ ਵੀ ਅਸੀਂ ਨਹੀਂ ਮੰਨਦੇ ਸੀ ਬੀ ਆਈ ਦੀ ਇਨਕੁਆਇਰੀ, ਵੀ ਜਿਹੜੇ ਜਸਟਿਸ ਰਣਜੀਤ ਸਿੰਘ ਰਿਪੋਰਟ ਦਿੱਤੀ ਆ ਅਤੇ ਰਿਪੋਰਟ ਦੀ ਕੀਮਤ ਕੀ ਰਹੇਗੀ? ਬਿਲਕੁਲ, ਤੁਹਾਡੀ ਪਾਰਟੀ ਨੂੰ ਬਹਿਸ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ? ਜਦੋਂ ਸਪੀਕਰ ਨੇ ਕਹਿਤਾ ਮੈਂ 14 ਮਿੰਟ ਤੋਂ ਵੱਧ ਨਹੀਂ ਦੇਣੇ। ਦੁੱਖ ਦੀ ਗੱਲ ਆ ਕਿ ਜਦੋਂ ਸਾਡੇ MLA ਨੇ ਕਿਹਾ ਸੀਗਾ ਕਿ ਸਾਡੇ ਖਿਲਾਫ਼ ਸਾਰੀ ਰਿਪੋਰਟ ਤੁਸੀਂ ਇੱਥੇ ਬਹਿਸ ਕਰਨੀ ਅਤੇ ਸਾਨੂੰ ਸਟਰੈਂਥ ਮੁਤਾਬਕ ਨਾ ਸਾਨੂੰ ਬਰਾਬਰ ਦਾ ਸਮਾਂ ਦਿਓ, ਸਪੀਕਰ ਨੇ ਕਿਹਾ ਨਹੀਂ ਤੁਹਾਨੂੰ ਪ੍ਰਮੋਸ਼ਨ ਮਿਲੂ ਜੋ ਉਸੇ ਰੇਸ਼ੋ ਨਾਲ ਮਿਲੂ ਜਿਵੇਂ ਤੁਹਾਡੀ ਗਿਣਤੀ ਆ, 14 ਮਿੰਟ 2 ਘੰਟੇ ਦੀ ਮੈਂ ਬਹਿਸ ਰੱਖਣੀ ਆ, 14 ਮਿੰਟ ਤੁਹਾਨੂੰ ਦੇਵਾਂਗੇ। ਫਿਰ ਇਹਨੇ ਕਿਹਾ 14 ਮਿੰਟਾਂ 'ਚ ਸਾਡਾ ਅਸੀਂ ਕੀ ਕਹਾਂਗੇ, ਤੁਸੀਂ 1 ਘੰਟਾ 20 ਮਿੰਟ ਬੋਲਣਾ ਕਾਂਗਰਸ ਨੇ ਅਤੇ 14 ਮਿੰਟ ਥੋੜ੍ਹੇ ਆ, ਤੁਹਾਡੇ ਵਾਸਤੇ ਠੀਕ ਨਹੀਂ। ਇਸ ਰੋਸ ਵਜੋਂ ਬਾਹਰ ਆਏ ਸੀ ਪਰ ਸਪੀਕਰ ਵੱਲੋਂ ਤਾਂ ਉਸ ਜਦੋਂ ਅਕਾਲੀ ਦਲ ਦੇ ਤੁਹਾਡੇ MLA ਸਾਰੇ ਅੰਦਰ ਸੀ ਉਸ ਵੇਲੇ ਵੀ ਕਹਿ ਦਿੱਤਾ ਸੀਗਾ ਕਿ ਜਿਹੜਾ ਟਾਈਮ ਹੋਏਗਾ ਟਾਈਮ ਅੱਗੇ ਮਿਲ ਜਾਵੇਗਾ ਉਹ ਦੇਖਣ ਤੋਂ ਉਸ ਤੋਂ ਬਾਅਦ ਪ੍ਰਪੋਰਸ਼ਨੇਟ ਤੌਰ 'ਤੇ ਵਧਾ ਦਾਂਗੇ, ਉਹਦੇ ਬਾਵਜੂਦ ਤੁਹਾਡੀ ਪਾਰਟੀ ਨੇ ਹਿੱਸਾ ਨਹੀਂ ਲਿੱਤਾ? ਉਹਨੇ ਇਸ ਹਿਸਾਬ ਨਾਲ ਕਹਿਣਾ ਵੀ ਜਿਵੇਂ ਤੁਹਾਡੀ ਰੇਸ਼ੋ ਆ ਮੈਂਬਰਾਂ ਦੀ ਉਸ ਹਿਸਾਬ ਨਾਲ ਵਧਾਵਾਂਗੇ, ਪਰ ਦੁੱਖ ਦੀ ਗੱਲ ਆਪ ਵਾਲਿਆਂ ਨੂੰ ਮੁੜ ਕੇ ਉਹਨੇ 2 ਘੰਟੇ ਤੋਂ ਵੱਧ ਟਾਈਮ ਦਿੱਤਾ, ਇਸ ਉਹ ਰੇਸ਼ੋ ਤਾਂ ਰੱਖੀ ਨਾ ਫਿਰ ਉਹਨੇ ਜ਼ਿਆਦਾ ਰੇਸ਼ੋ ਦਿੰਦਾ। ਤੋਤਾ ਜੀ, ਇਸ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਪਾਰਟੀ ਦੀ ਇਮੇਜ ਹੋਰ ਜ਼ਿਆਦਾ ਖਰਾਬ ਹੋਈ ਹੈ ਲੋਕਾਂ ਦੇ ਵਿੱਚ? ਕੋਈ ਇਮੇਜ ਨਹੀਂ, ਅਸੀਂ ਉਹਨੂੰ ਕਲੀਅਰ ਕਰਾਂਗੇ ਲੋਕਾਂ 'ਚ ਜਾ ਕੇ, ਕਿਹਨੂੰ ਨਹੀਂ ਪਤਾ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾ ਕਿ ਕਾਂਗਰਸ ਆ। ਕਾਲ ਸਿੰਘ 1947 ਤੋਂ ਲਾ ਕੇ ਸਿੱਖ ਕੌਮ ਨਾਲ ਧੱਕੇ ਕੀਤੇ ਆ, ਸਾਨੂੰ ਇੱਕ ਇੱਕ ਪਤਾ ਬੱਚਿਆਂ ਨੂੰ, ਬੜੀ ਛੇਤੀ ਲੋਕ ਭੁੱਲੇ ਨੀਗੇ। ਇਹਨੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦੇ ਵਿੱਚ ਜਿਹੜੀ ਪਾਲਕੀ ਸਤਿਕਾਰ ਨੂੰ ਲੈ ਕੇ ਜਾਂ ਹਰਿਮੰਦਰ ਸਾਹਿਬ ਉਹਦੇ ਗੋਲੀਆਂ ਮਾਰੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਕੇ ਰੱਖਿਆ ਪਿਆ, ਤਾਂ 1000 ਤੋਂ ਉੱਤੇ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਗੁਰਪੁਰਬ ਸੀਗਾ 3 ਜੂਨ 1984 ਨੂੰ, ਉੱਥੇ 1000 ਤੋਂ ਉੱਤੇ ਬੇਦੋਸ਼ੀ ਲੋਕ ਕਤਲ ਕੀਤੇ ਗਏ ਜਿਹੜੇ ਉੱਥੇ ਨਮਸਕਾਰ ਕਰਨ ਗਏ ਸੀਗੇ, ਔਰ ਇਸੇ ਤਰ੍ਹਾਂ ਹੀ ਦਿੱਲੀ 4000 ਤੋਂ ਉੱਤੇ ਕਤਲੇਆਮ ਕੀਤਾ, 90 ਗੁਰਦੁਆਰਿਆਂ ਤੋਂ ਇਹਨਾਂ ਨੇ ਹਟਾਏ ਉਸ ਵੇਲੇ, ਘੱਗਾਂ ਲਾਈਆਂ ਤੋਪ ਦੇ ਗੋਲੇ ਛੱਡੇ, 600 ਤੋਂ 628 ਬੀੜਾਂ ਤੋਪ ਦੇ ਗੋਲਿਆਂ ਨਾਲ ਇਹਨਾਂ ਨੇ ਸਾੜੀਆਂ, ਇਹ ਕੀ ਗੱਲ ਕਰ ਸਕਦੇ ਕਾਂਗਰਸ ਵਾਲੇ? ਪਰ ਜਿਸ ਤਰੀਕੇ ਨਾਲ ਹੁਣ ਇਹਨਾਂ ਨੇ ਗੱਲ ਕੀਤੀ ਹੈ ਕਿ ਸ਼ਬਦੀ ਹਮਲੇ ਜਿਹੜੇ ਤਿੱਖੇ ਕੀਤੇ ਅਕਾਲੀ ਦਲ ਦੇ ਉੱਤੇ, ਭਾਵੇਂ ਉਹ ਕਾਂਗਰਸ ਹੋਏ ਭਾਵੇਂ ਆਪ ਹੋਏ, ਦੋਨਾਂ ਵੱਲੋਂ ਜਿਹੜਾ ਅਕਾਲੀ ਦਲ ਨੂੰ ਕੋਸਿਆ ਗਿਆ ਪੂਰੇ ਵਿਧਾਨ ਸਭਾ? ਕਾਂਗਰਸ ਦੀ ਹਿਸਟਰੀ ਤਾਂ ਮੈਂ ਦੱਸ ਦਿੱਤੀ ਆ, ਆਪਣੇ ਦੀ ਹਿਸਟਰੀ ਆ ਵੀ ਇਹਨਾਂ ਨੇ ਸਭ ਤੋਂ ਪਹਿਲਾਂ ਜੇ ਪੰਜਾਬ ਤਬਾਹ ਕੀਤਾ ਤਾਂ ਨਿਰੰਕਾਰੀਆਂ, ਜਦੋਂ 1978 ਦੇ ਵਿੱਚ 13 ਨਿਰੰਕਾਰੀਆਂ ਨੇ ਮਾਰੇ ਸੀ ਸਿੰਘ, ਔਰ ਉਸ ਵੇਲੇ ਤੁਹਾਡੇ ਸਾਹਮਣੇ ਉਸ ਵੇਲੇ ਤੋਂ ਅੱਤਵਾਦ ਵਧਿਆ, ਔਰ ਉਸ ਨੂੰ ਜਿਹੜਾ ਗੁਰਬਚਨ ਸਿੰਘ ਆ ਜਿਹਦੀ ਸ਼ਹਿ 'ਤੇ ਮਾਰੇ ਗਏ ਸੀਗੇ, ਉਹਦੇ ਜਦੋਂ ਉਹ ਤੋਂ ਉਸਨੇ ਸਪੋਰਟ ਲਈ, ਉਹਦੇ ਮਰਨ ਤੋਂ ਬਾਅਦ ਹੁਣ ਉੱਥੇ ਜਾ ਕੇ ਕੇਜਰੀਵਾਲ ਨੇ, ਔਰ ਜਿੱਤਣ ਤੋਂ ਬਾਅਦ ਸਾਰੇ MLA ਉੱਥੇ ਲੈ ਗਿਆ, ਔਰ ਉੱਥੇ ਇਹਨੇ ਬਿਆਨ ਦਿੱਤਾ ਕਿ ਮੈਂ ਗੁਰਬਚਨ ਸਿੰਘ ਸਭ ਤੋਂ ਉੱਚੀ ਲਾਠ ਬਣਾਵਾਂਗਾ ਯਾਦਗਾਰੀ ਦੀ, ਉਹਦੇ 'ਚ ਪੂਰੀ ਮਦਦ ਕਰਾਂਗਾ, ਇਹਦੇ ਬਿਆਨ ਆ ਆਪ ਵਾਲੇ ਨਿਰੰਕਾਰੀ ਦੇ ਸਪੋਰਟ ਲਈ ਆ, ਇਹ ਕਿਵੇਂ ਬੋਲ ਸਕਦੇ ਆ? ਤੋਤਾ ਜੀ, ਜਿਵੇਂ ਮੁੱਖ ਮੰਤਰੀ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜਾ ਓਪਰੇਸ਼ਨ ਬਲੂ ਸਟਾਰ ਦਾ ਮੁੱਖ ਤੌਰ 'ਤੇ ਅਗਰ ਕੋਈ ਜ਼ਿੰਮੇਦਾਰ ਉਹ ਪ੍ਰਕਾਸ਼ ਸਿੰਘ ਬਾਦਲ ਹੈ, ਮੁੱਖ ਮੰਤਰੀ ਕਹਿਣਾ ਬਣ ਜੂਗਾ, ਕਿਹਨੂੰ ਨਹੀਂ ਪਤਾ ਇੰਦਰਾ ਗਾਂਧੀ ਨੇ ਕਰਾਇਆ, ਕਿਹਨੂੰ ਪਤਾ ਸਾਲ ਭਰ ਪਹਿਲਾਂ ਟ੍ਰੇਨਿੰਗ ਹੋਣ ਲੱਗ ਗਈ ਸੀ ਵੀ ਦਰਬਾਰ ਸਾਹਿਬ ਦੇ ਹਮਲਾ ਕਿਵੇਂ ਕਰਨਾ, ਇਹ ਤਾਂ ਕੁਲਦੀਪ ਸਿੰਘ ਦੀ ਕਿਤਾਬ ਦੱਸ ਰਹੀ ਆ, BBC ਲੰਡਨ ਦੀ BBC ਵਾਲਿਆਂ ਦੀਆਂ ਕਿਤਾਬਾਂ ਦੱਸ ਰਹੀਆਂ, ਇੱਕ ਇੱਕ ਪੂਰਾ ਰਿਪੋਰਟ ਆ ਕਿਵੇਂ ਪਲੈਨਿੰਗ ਬਣੀ ਸੀ ਪਹਿਲਾਂ ਵੀ ਘੱਟ ਗਿਣਤੀ ਨੂੰ ਤਬਾਹ ਕਰਕੇ ਬਹੁਤ ਗਿਣਤੀ ਦੀਆਂ ਵੋਟਾਂ ਲੈਣੀਆਂ। ਅਤੇ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਕਿਉਂ ਗੁੰਮਰਾਹ ਕੀਤਾ ਗਿਆ ਲੋਕਾਂ ਨੂੰ? ਇਹ ਤਾਂ ਉਹੀ ਦੱਸ ਸਕਦਾ ਮੁੱਖ ਮੰਤਰੀ, ਮੈਂ ਤਾਂ ਉਹਦੇ ਬਾਰੇ ਮੁੱਖ ਮੰਤਰੀ ਕੁਛ ਨਹੀਂ ਕਹਿਣਾ ਚਾਹੁੰਦਾ, ਮੈਂ ਤਾਂ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਰਾਹੀਂ ਵੀ ਉਹਨਾਂ ਨੇ ਪਹਿਲਾਂ ਅਸੀਂ ਜਦੋਂ ਇਹ 2 ਨੌਜਵਾਨ ਮਰੇ ਸਾਨੂੰ ਉਹਨਾਂ ਦਾ ਬੜਾ ਦੁੱਖ ਆ, ਔਰ ਅਸੀਂ ਉਹਨਾਂ ਦੀ 10-10 ਲੱਖ ਰੁਪਇਆ ਪਰਿਵਾਰ ਦੀ ਸਹਾਇਤਾ ਕੀਤੀ,
ਦੋਨਾਂ ਪਰਿਵਾਰ ਨੂੰ ਨੌਕਰੀ ਦਿੱਤੀ ਅਤੇ ਅਸੀਂ ਕਹਿੰਦੇ ਹਾਂ ਵੀ ਉਹ ਬੇਦੋਸ਼ੇ ਮਾਰੇ ਗਏ। ਉਸ ਵੇਲੇ ਉਹ ਪੁਲਿਸ ਸਾਹਿਬ ਸਸਪੈਂਡ ਵੀ ਕਰਤੇ ਸੀ, ਜੇ ਕਿਸੇ ਜਿਹਦਾ ਕਸੂਰ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਦੂਸਰਾ ਸਾਡਾ ਵੀ ਹੁਣ ਇਹਨਾਂ ਨੇ 1 ਕਰੋੜ ਰੁਪਈਆ ਦਿੱਤਾ ਉਹਨਾਂ ਨੂੰ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜਾ 1000 ਤੋਂ ਉੱਤੇ ਬੇਦੋਸ਼ਾ ਬੰਦਾ 3 ਜੂਨ 1984 ਨੂੰ ਮਰਿਆ, ਕਾਂਗਰਸ ਦੀ ਵਜ੍ਹਾ ਨਾਲ ਮਰਿਆ, ਕੀ ਉਹਨਾਂ ਨੂੰ 1 ਕਰੋੜ ਰੁਪਇਆ ਦੇਣਗੇ ਪੰਜਾਬ 'ਚ? ਉਹਨੂੰ ਬਤਾ, ਉਹ ਵੀ ਗਰੀਬ ਲੋਕ ਸੀ। ਇਸੇ ਤਰ੍ਹਾਂ ਜਿਹੜੇ ਉਸ ਵੇਲੇ ਦਿੱਲੀ ਦੇ ਵਿੱਚ 4000 ਦੇ ਉੱਤੇ ਕਰੀਬ ਮਰੇ ਆ, ਮਾਰੇ ਗਏ, ਕਤਲ ਕੀਤੇ ਗਏ, ਕਾਂਗਰਸ ਦੇ ਵਰਕਰਾਂ ਨੇ ਕਤਲ ਕੀਤੇ ਆ, ਇਹਨਾਂ ਲੀਡਰਾਂ ਨੇ ਕਤਲ ਕੀਤੇ ਆ। ਜਿਹੜਾ ਅਮਰਿੰਦਰ ਸਿੰਘ ਆਪ ਮੰਨਿਆ ਵਿਧਾਨ ਸਭਾ 'ਚ ਵੀ ਆਹ ਸਾਡੇ ਕਾਂਗਰਸੀ ਲੀਡਰ ਸੀਗੇ, ਅਤੇ ਕੀ ਉਹਨਾਂ ਨੂੰ 1 ਕਰੋੜ ਰੁਪਇਆ ਦੇਣਗੇ? ਔਰ ਦੇਣਾ ਚਾਹੀਦਾ, ਮੈਂ ਅਪੀਲ ਕਰਦਾ ਇਹਨਾਂ ਨੂੰ। ਤੋਤਾ ਜੀ, ਜਿਵੇਂ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਇਹ ਸਾਰਾ ਉਹ ਸਿੱਧੇ ਤੌਰ 'ਤੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨਾ ਉਹਨਾਂ ਵੱਲੋਂ ਸਾਧਿਆ ਗਿਆ, ਭਾਵੇਂ ਮੁੱਖ ਮੰਤਰੀ ਹੋ ਭਾਵੇਂ ਹੋਰ ਕਾਂਗਰਸ ਦੇ ਲੀਡਰ, ਸਾਰਿਆਂ ਨੇ ਇੱਕ ਗੱਲ ਕੀਤੀ ਹੈ ਕਿ ਇਹ ਪੂਰਾ ਜਿਹੜਾ ਇਹ ਬਹਿਬਲ ਕਲਾ ਕਾਂਡ ਹੋਇਆ ਇਹਦੇ 'ਚ ਮੁੱਖ ਜਿਹੜਾ ਦੋਸ਼ੀ ਹੈ ਉਹ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੀਗੇ, ਕਿਉਂਕਿ ਨਾ ਤਾਂ ਉਹ ਮੌਕੇ 'ਤੇ ਪਹੁੰਚੇ, 3 ਮਹੀਨੇ ਤੱਕ ਉਹਨਾਂ ਨੇ ਉੱਥੇ ਦੀ ਕੋਈ ਨਾ ਕੋਈ ਉੱਥੇ ਜਾ ਕੇ ਪੁੱਛ ਪੜਤਾਲ ਕੀਤੀ, ਨਾ ਕੋਈ ਉਹਨਾਂ ਨੇ ਗ੍ਰਹਿ ਮੰਤਰੀ ਹੁੰਦੇ ਵੀ ਉੱਥੇ ਗਏ ਨਹੀਂ। ਸਰਾਸਰ ਝੂਠ ਆ। ਹਫ਼ਤੇ ਵਿੱਚ ਵਿੱਚ ਹੀ ਉਹਨਾਂ ਦੋਨੇ ਘਰ ਜਾ ਕੇ ਆ ਡਿਪਟੀ ਸੀ ਐੱਮ, ਜਿੱਥੋਂ ਤੱਕ ਮੁੱਖ ਮੰਤਰੀ ਦੀ ਗੱਲ ਆ ਜਾਂ ਡਿਪਟੀ ਸੀ ਐੱਮ ਦੀ, ਕਿਤੇ ਵੀ ਰਣਜੀਤ ਸਿੰਘ ਦੀ ਰਿਪੋਰਟ ਨੇ ਉਹਨਾਂ ਨੂੰ ਦੋਸ਼ੀ ਨਹੀਂ ਕਿਹਾ। ਮੁੱਖ ਮੰਤਰੀ ਕਹਿਣ ਨਾਲ ਬਣ ਨਹੀਂ ਜਾਣਾ। ਮੁੱਖ ਮੰਤਰੀ ਤਸਵੀਰ ਦਾ ਨਾਂ ਹੀ ਨਹੀਂ ਲਿਆ, ਸਾਰੀ ਬਹਿਸ 'ਚ ਮੈਂ ਸੁਣੀ ਉਹਦੀ, ਮੈਂ 7 ਘੰਟੇ ਬਹਿਸ ਸੁਣੀ ਸਾਰੀ, ਇੱਕ ਇੱਕ ਸ਼ਬਦ ਮੇਰਾ ਨੋਟ ਕੀਤਾ ਹੋਇਆ। ਉਹਨਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਨਿਸ਼ਾਨਾ ਸਾਧਿਆ, ਮੈਂ ਬਾਕੀਆਂ ਦੀ ਗੱਲ ਕੀਤੀ, ਬਾਕੀ ਜਿਹੜੇ ਮੰਤਰੀ ਸੀਗੇ ਕਾਂਗਰਸ ਦੇ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਵਾਰ ਵਾਰ ਲਿੱਤਾ ਗਿਆ। ਮੇਰੇ ਕਹਿਣ 'ਤੇ ਕਿਸੇ ਨੇ ਦੋਸ਼ੀ ਨਹੀਂ ਬਣ ਜਾਣਾ, ਨਾ ਮੁੱਖ ਮੰਤਰੀ ਦੇ, ਨਾ ਵਜ਼ੀਰ ਦੇ ਕਹਿਣ 'ਤੇ, ਨਾ ਜਿਹੜੇ ਇਲੈਕਟਡ MLA ਉਹਨਾਂ ਦੇ, ਜਿਹੜੀ ਭੱਦੀ ਭਾਸ਼ਾ ਉਹਨਾਂ ਨੇ ਵਰਤੀ, ਕੀ ਤੁਸੀਂ ਪਸੰਦ ਕਰਦੇ ਹੋ ਉਹਨਾਂ ਨੂੰ? ਲੋਕ ਤਾਂ ਪਸੰਦ ਨਹੀਂ ਕਰਦੇ। ਪਰ ਉਹਨਾਂ ਨੇ ਲੋਕਾਂ ਦੀ ਗੱਲ ਕੀਤੀ, ਜਿਵੇਂ ਹੁਣ ਪਰਸੋਂ ਚੌਥ ਦਾ ਇੱਕ ਇੰਸੀਡੈਂਟ ਹੋਇਆ ਜਿੱਥੇ ਲੋਕੀ ਗੋਏ ਦੇ ਲਿਫਾਫੇ ਭਰ ਕੇ ਗਏ, ਉੱਥੇ ਵਿਕਰਮ ਮਜੀਠੀਆ ਦੇ ਹਰਸਿਮਰਤ ਬਾਦਲ ਨੇ ਜਾਣਾ ਸੀਗਾ ਲੇਕਿਨ ਉਹ ਨਹੀਂ ਗਏ, ਤੇ ਹੁਣ ਲਗਾਤਾਰ ਰਸਤਾ ਦੀ ਹੁਣ ਇੱਕ ਮੁਹਿੰਮ ਛਿੜੀ ਜਾ ਰਹੀ ਹੈ ਕਿ ਗੋਏ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਏਗਾ, ਇਹਦੇ ਬਾਰੇ ਕੀ ਕਹਿਣਾ? ਇਹ ਤਾਂ ਜਿਵੇਂ ਅੱਗੇ ਪਹਿਲਾਂ ਇਹਨਾਂ ਨੇ ਕਾਂਗਰਸ ਨੇ ਅੱਤਵਾਦ ਲਿਆਉਣਾ ਚਾਹੁੰਦਾ, ਪੰਜਾਬ ਦੇ ਅਮਨ ਨੂੰ ਤਬਾਹ ਕਰਨਾ ਚਾਹੁੰਦਾ, ਉਹ ਨੀਤੀ ਹੁਣ ਇਹਨਾਂ ਦੀ ਆ ਵੀ ਇਹ ਜਿਹੜੇ ਵਾਅਦੇ ਤਾਂ ਕਰ ਨਹੀਂ ਸਕੇ ਪੂਰੇ, ਨਾ ਨਸ਼ੇ ਹਟਾ ਸਕੇ, ਨਾ ਹੋਰ ਲੋਕਾਂ ਦੇ ਕਰਜ਼ੇ ਮਾਫ਼ ਕਰੇ, ਨਾ ਘਰ ਘਰ ਨੌਕਰੀ ਦੇ ਫਾਰਮ ਭਰਾਏ ਸੀ, ਬੇਰੁਜ਼ਗਾਰ ਤੁਰੇ ਫਿਰਦੇ ਇਹਨਾਂ ਦੇ ਖਿਲਾਫ਼, ਜਿਹੜੇ ਸਾਰੇ ਮੁਲਾਜ਼ਮ ਇਹਨਾਂ ਦੇ ਖਿਲਾਫ਼ ਉੱਠੇ, ਉਹ ਇੱਕ ਧਿਆਨ ਬਦਲਣ ਲਈ ਇੱਧਰ ਇਹਨਾਂ ਨੇ ਕੁਝ ਬੰਦਿਆਂ ਨੂੰ ਚੁੱਕਿਆ ਜਿਹੜੇ ਸਾਡੇ ਖਿਲਾਫ਼ ਗਰਮ ਦਲ ਗਏ ਆ, ਜਿਹਨਾਂ ਨੇ ਅੱਗੇ ਥੋੜ੍ਹਾ ਜਿਹਾ ਨੁਕਸਾਨ ਕੀਤਾ ਪੰਜਾਬ ਦਾ, ਉਹਨਾਂ ਨੂੰ ਮੂਹਰੇ ਲਾ ਕੇ ਇਹ ਕਾਲੀਆਂ ਝੰਡੀਆਂ ਦਿਖਾਉਣੀ ਚਾਹੀਦੀਆਂ, ਉਹ 10 ਝੰਡੀਆਂ ਸਾਡੇ ਕੋਲ ਵਿਗਾੜ ਨਹੀਂ ਸਕਦੀਆਂ, ਕੱਲ੍ਹ ਨੂੰ ਸਾਡੇ ਦੇਖੋ ਇਕੱਠ ਕੇ ਡਿੱਗੜੇ ਹੋਣਗੇ। ਪਰ ਉੱਧਰ ਦੂਜੇ ਪਾਸੇ ਇੱਕ ਪਾਸੇ ਕਾਂਗਰਸ ਇਸ ਤਰ੍ਹਾਂ ਕਹਿੰਦੇ, ਦੂਜੇ ਪਾਸੇ ਕੱਲ੍ਹ ਸੁਖਪਾਲ ਸਿੰਘ ਖਹਿਰਾ ਵੀ ਇੱਕ ਪੁਤਲਾ ਫੂਕ ਕਾਰਜਕ੍ਰਮ ਕਰਨ ਜਾ ਰਿਹਾ ਪ੍ਰਕਾਸ਼ ਸਿੰਘ ਬਾਦਲ। ਸੁਖਪਾਲ ਸਿੰਘ ਖਹਿਰਾ ਪਹਿਲਾਂ ਆਪਦੀ ਪਾਰਟੀ ਤੋਂ ਠੀਕ ਕਰ ਲਏ, ਜਿਹੜਾ ਕੋਈ ਕੱਲ੍ਹ ਉਹਦੇ ਨਾਲ ਸੰਗਰੂਰ ਹੋਇਆ ਕੇਜਰੀਵਾਲ ਨੇ ਕੀਤਾ, ਪਹਿਲਾਂ ਉਸੇ ਨੂੰ ਸੰਭਾਲ ਲਏ, ਸਾਡੀ ਗੱਲ ਤਾਂ ਬਾਅਦ 'ਚ ਕਰੇ। ਬਿਲਕੁਲ, ਇਹ ਸੀਗੇ ਤੋਤਾ ਸਿੰਘ ਜੀ, ਜਿਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਇਹਨਾਂ ਦੀ ਪਾਰਟੀ ਵੱਲੋਂ ਸਿੱਧੇ ਤੌਰ 'ਤੇ ਜਿਹੜੀ ਵਿਧਾਨ ਸਭਾ 'ਚ ਕਾਰਵਾਈ ਹੋਈ ਉਹ ਸਹੀ ਕਾਰਵਾਈ ਉਹਨਾਂ ਦੀ ਪਾਰਟੀ ਵੱਲੋਂ ਕੀਤੀ ਗਈ, ਕਿਉਂਕਿ ਸਪੀਕਰ ਵੱਲੋਂ ਇਹਨਾਂ ਦੀ ਪਾਰਟੀ ਨੂੰ ਵਕਤ ਨਹੀਂ ਦਿੱਤਾ ਗਿਆ ਸੀ, ਇਸੇ ਕਾਰਨ ਇਹਨਾਂ ਦੀ ਪਾਰਟੀ ਨੇ ਬਹਿਸ 'ਚ ਹਿੱਸਾ ਨਹੀਂ ਲਿਆ। ਚੰਡੀਗੜ੍ਹ ਤੋਂ ਕੈਮਰਾ ਅਦਿੱਤ ਗੁਪਤਾ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।